ਦੀਵਾਨ ਦੀ ਤਰ੍ਹਾਂ, ਹਰੇਕ ਵਾਰ ਦੀ ਤਰ੍ਹਾਂ, ਹਰੇਕ ਵਾਰ ਜਿਵੇਂ ਕਰਦਾ ਇਸ ਵਾਰ ਵੀ ਉਸੇ ਨੇ ਉਹੀ ਕੀਤਾ ਹੈ ਵੀ ਮਿੰਟ 'ਚ ਗਿਰਗਿਟ ਵਾਂਗੂ ਰੰਗ ਬਦਲ ਜਾਂਦਾ। ਪਹਿਲਾਂ ਬਿਆਨਬਾਜ਼ੀ ਦਾਗਦਾ, ਫਿਰ ਜਦੋਂ ਪਤਾ ਵੀ ਅੱਗੇ ਬੰਦਾ ਤਕੜਾ ਹੈ, ਫਿਰ ਇਹ ਮੋਮ ਬਿੱਲੀ ਬਣ ਜਾਂਦਾ। ਹੁਣ ਇਹਨੇ ਉੱਦਣ ਸੰਡੇ ਦਾ ਦੀਵਾਨ ਇਹਨੇ ਲੱਗਾ, ਅਤੇ ਉੱਦਣ ਕਿੰਨੀਆਂ ਇਹਨੇ ਫੁਕਰੀਆਂ ਮਾਰੀਆਂ ਅਤੇ ਕਿੱਡਾ ਹਾਸਾ ਪਾਇਆ। ਅੱਗੇ ਬੋਤਲਾਂ ਪਿੱਛੇ ਵਿਕੋਗੇ, ਫਿਰ ਇੱਦਾਂ ਹੀ ਤੁਸੀਂ ਹੜਾ 'ਚ ਰੁੜੋਗੇ, ਬੋਤਲਾਂ ਪਿੱਛੇ ਵੇਖਦੇ ਹੋ, ਕਿੰਨਾ ਮਜ਼ਾਕ ਬਣਾਇਆ। ਇੱਕ ਦੁੱਖ ਦਾ ਸਮਾਂ, ਇੱਕ ਘੜੀ ਦੁੱਖ ਦੀ ਹੈ, ਅਤੇ ਤੂੰ ਹੱਸ ਰਿਹਾ, ਅਤੇ ਇਹਦੇ ਚੇਲੇ ਇੱਡੇ, ਮੈਂ ਕਹਿੰਦਾ ਇੱਡੇ ਬੇਕਾਰ ਅਤੇ ਇੱਡੇ ਪਿੱਛੇ ਲੱਗੂ ਨੇ, ਵੀ ਇਹ ਬਾਂਦਰਾਂ ਵਾਂਗੂ ਦੰਦ ਕੱਢੀ ਜਾਂਦਾ, ਪਿੱਛੇ ਬੈਠੇ ਉਹ ਦੰਦ ਕੱਢੀ ਜਾਂਦੇ ਨੇ, ਬਸ਼ਰਮੋ ਡੁੱਬ ਕੇ ਮਰ ਜਾਓ। ਮੈਂ ਉੱਦਣ ਦਾ ਕਹਿੰਦਾ ਸੀ ਵੀ ਇਹਨੂੰ ਕਹਿਣਾ ਕੀ, ਮੈਂ ਕਿਹਾ ਵੇਖਦਾ ਵੀ, ਕਹਿੰਦਾ ਸੀ ਨਾ ਮੈਂ 7 ਤਰੀਕ ਨੂੰ ਦੇਖੋ ਕੀ ਕਰਦਾ। ਫਿਰ ਹੁਣ 7 ਤਰੀਕ ਉਹਦੇ ਚੇਲੇ ਕਹਿਣ ਜੀ ਵੇਖਿਓ ਭਾਈ ਸਾਹਿਬ 7 ਤਰੀਕ ਨੂੰ ਕੀ ਕਰਨਗੇ, ਵੇਖ ਲਿਓ ਤੁਸੀਂ ਹੁਣ ਬਸ। ਵੀ ਮੈਂ ਕਿਹਾ ਵੇਖੀਏ ਸਰੀ 7 ਤਰੀਕ ਨੂੰ ਕਿਹੜਾ ਬੰਬ ਸਿੱਟਦਾ, ਉਹ ਨਿਕਲਿਆ ਉਹੀ ਪਹਿਲਾਂ ਡਿੰਗਾਂ ਮਾਰੀਆਂ। ਫਿਰ ਕਹਿੰਦਾ ਜੀ ਮੈਨੂੰ ਰਵੀ ਸਿੰਘ ਦੇ ਬੰਦਾ ਪਹਿਲਾਂ ਕਹਿੰਦਾ ਵੀ ਅੰਦਰ ਆਇਆ, ਫਿਰ ਕਹਿੰਦਾ ਮੈਨੂੰ ਬਾਹਰ ਖੜ੍ਹਾ ਮਿਲਿਆ, ਫਿਰ ਕਹਿੰਦਾ ਅੰਦਰ ਖੜ੍ਹਾ ਮਿਲਿਆ। ਦਰਅਸਲ ਇਹ ਬੁੰਦਲਾ ਗਿਆ ਕਿਉਂਕਿ ਇਹਨੂੰ ਦੀਵਾਨ ਤੋਂ ਪਹਿਲਾਂ ਆਉਣ ਤੋਂ ਨਾ ਉਹਨਾਂ ਚੰਗੀਆਂ ਅੱਖਾਂ ਵਿਖਾਈਆਂ। ਅੱਜ ਜਿੱਦਾਂ ਹੀ ਅੱਖਾਂ ਵਿਖਾਈਆਂ ਅਤੇ ਬਸ ਇਹ ਭਾਈ ਸਾਹਿਬ ਰੰਗ ਬਦਲ ਗਿਆ ਆਪਣਾ। ਇਹ ਇੱਦਾਂ ਹੀ ਰੰਗ ਬਦਲਦਾ, ਮਿੰਟ ਹੀ ਲਾਉਂਦਾ ਰੰਗ ਬਦਲਣ ਲੱਗਾ। ਅਤੇ ਹੁਣ ਇਹਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ, ਪਿੱਛੇ ਜੀ ਇੰਨਾ ਇੰਨੇ ਹੜ੍ਹ ਪੀੜਤਾਂ ਦੀ ਮਦਦ ਤਾਂ ਕੀ ਕਰਨੀ ਸੀ, ਕਿੰਨਾ ਹਾਸੇ ਬਣਾਏ ਜੀ, ਸੈਲਫੀਆਂ ਖਿਚਾਉਂਦੇ ਨੇ, ਤੇਰੇ ਨਾਲੋਂ ਵੱਧ ਕੋਈ ਨਹੀਂ ਖਿਚਾਉਂਦਾ। ਜੇ ਸੇਵਾ ਕਰਦੇ ਦੀ ਸੈਲਫੀ ਖਿੱਚ ਹੁੰਦੀ ਤਾਂ ਵਾਹ ਭਲਾ, ਸੈਲਫੀ ਖਿੱਚਣਾ ਅਤੇ ਫੋਟੋ ਖਿੱਚਣੀ ਦਾ ਫਰਕ ਹੁੰਦਾ ਹੈ। ਸੈਲਫੀ ਹੁੰਦੀ ਜਿਹੜਾ ਖੁਦ ਬੰਦਾ ਖਿੱਚੇ, ਅਤੇ ਫੋਟੋ ਖਿੱਚਣੀ ਹੁੰਦੀ ਜਿਹੜੀ ਸੰਗਤਾਂ ਨੇ ਖਿੱਚ ਕੇ ਪਾਈਆਂ ਨੇ। ਤੂੰ ਸੰਤ ਬਾਬਾ ਬਲਵੀਰ ਸਿੰਘ ਦੀ ਸਿੰਚਿਆਲ ਵਾਲੇ ਨੇ, ਉਹਨਾਂ ਦੀ ਇੱਕ ਵੀ ਸੈਲਫੀ ਵਿਖਾ ਜਿਹੜੀ ਉਹਨਾਂ ਨੇ ਆਪ ਖਿੱਚੀ ਹੋਵੇ, ਮੇਰੀ ਮੈਂ ਸੈਲਫੀ ਖਿੱਚਦਾ, ਉਹ ਸੇਵਾ ਕਰਨ ਵਾਲੇ ਨੇ। ਰਵੀ ਸਿੰਘ ਨੇ ਕਿਤੇ ਸੈਲਫੀ ਖਿੱਚੀ ਹੋਵੇ ਦਿਖਾ, ਉਹ ਸਤਿਕਾਰਕ ਹਸਤੀ ਨੇ ਜਿਹੜੇ ਸੇਵਾ ਕਰਦੇ ਨੇ। ਅਤੇ ਤੂੰ ਬੋਂਗਿਆ ਰੋਜ਼ ਰੋਜ਼ ਨਵੀਆਂ ਲਾ ਕੇ ਨਾ, ਦੁਪੱਟੇ ਜੇ ਕੁੜੀਆਂ ਵਾਲੇ, ਬੋਟੀਆਂ ਵਾਲੇ ਦੁਪੱਟੇ ਜੇ, ਇਹ ਪਾ ਕੇ ਤੂੰ ਸੈਲਫੀਆਂ ਖਿੱਚਦਾ, ਤੇਰੀਆਂ ਕਿੰਨੀਆਂ ਸੈਲਫੀਆਂ ਨੇ। ਬਸ਼ਰਮਾ ਸ਼ਰਮ ਕਰਨੀ ਚਾਹੀਦੀ ਹੈ ਜਿੱਥੇ ਸੰਗਤ ਹੜ੍ਹ ਪੀੜਤਾਂ ਦੀ ਮਦਦ ਕਰ ਰਹੀ ਹੈ, ਔਰ ਤੂੰ ਲਫੰਗਾ ਘੁੰਮਦਾ ਫਿਰਦਾ ਇੱਧਰ ਉੱਧਰ, ਕਦੀ ਇਸ ਦੇਸ਼ ਗਿਆ, ਕਦੀ ਉਸ ਦੇਸ਼ ਗਿਆ, ਸੰਗਤ ਦਾ ਪੈਸਾ ਬਰਬਾਦ ਕਰ ਰਿਹਾ, ਅਤੇ ਤੂੰ ਜਿਹੜੇ ਸੇਵਾ ਕਰ ਰਹੇ ਨੇ ਉਹਨਾਂ ਦੀ ਹਾਸੀ ਮਜ਼ਾਕ ਉਡਾ ਰਹੇ ਹੈ। ਅਖੇ ਜੀ ਆਪ ਦੀ ਵਾਹ ਵਾਹ ਕਰਾਉਣ ਵਾਸਤੇ ਕਰਦੇ ਨੇ, ਤੇਰੇ ਤੋਂ ਬਾਅਦ ਵਾਹ ਵਾਹ ਲੋੜਦਾ ਕੌਣ ਹੈ? ਤੂੰ ਵੀ ਜਾਂਦਾ, ਤੂੰ ਕਹਿੰਦਾ 50 ਕਿਲੋ ਦੁੱਧ ਦੀ ਖੀਰ ਭੇਜ ਦਿੰਦੇ, ਵੀ ਭੇਜੀ ਨਾ ਤੂੰ, ਕੀ ਗੱਲ? ਗੁਰਦੁਆਰੇ ਤੇਰੇ ਲੰਗਰ ਚੱਲਦਾ, ਉਹ ਤੂੰ ਰੋਜ਼ ਹਿਸਾਬ ਲਾਉਣਾ ਹੈ? ਕੀ ਹਿਸਾਬ ਲਾਉਣਾ ਹੈ ਵੀ ਕਿੰਨੇ ਆ ਗਏ ਟਰੱਕ ਡਰਾਈਵਰ, ਕਿੰਨੇ ਰੁਕੇ ਅੱਜ, ਅਤੇ ਕਿੰਨੇ ਰੁਪਈਏ ਬਣ ਗਏ? ਅਤੇ ਜੇ ਉਸੇ ਲੰਗਰਾਂ 'ਚੋਂ ਕੋਈ ਵਿਭਾਗ ਸਿੰਘ ਦੇ ਜਾਣ ਲੰਗਰ ਛੱਕ ਜੇ, ਤਾਂ ਤੂੰ ਕਲਪ ਜਾਣਾ ਅੰਦਰ ਬੈਠਾ, ਵੀ ਯਾਰ ਜਾਂਦੇ ਉੱਥੇ ਨੇ, ਪੈਸੇ ਉੱਥੇ ਚੜ੍ਹਾਉਣਗੇ, ਮੇਰੇ ਤਾਂ ਚੜ੍ਹਾਇਆ ਨਹੀਂ ਲੰਗਰ ਖਾ ਕੇ, ਮੇਰਾ ਫਿਟੇ ਮੂੰਹ ਤੇਰੇ। ਤੂੰ ਪੈਸੇ ਦਾ ਕਮਾਈ ਦਾ ਸਾਧਨ, ਹਰੇਕ ਚੀਜ਼ ਤੂੰ ਕਮਾਈ ਦਾ ਸਾਧਨ ਬਣਾਈ ਹੈ। ਊਂ ਤੈਨੂੰ ਨਾਨਕ ਸਰ ਤੋਂ ਢਿੱਡ ਪੀੜ ਹੁੰਦੀ ਹੈ, ਊਂ ਤੇਰੇ ਨਾਨਕ ਸਰ ਤੋਂ ਖਾਦ ਚੱਲਣ ਲੱਗ ਜਾਂਦੀ ਹੈ ਸਰੀਰ 'ਚ, ਅਤੇ ਹੁਣ ਤੂੰ ਕਰਨਾਲ ਕੀ ਲੈਣ ਚੱਲਿਆ ਨਾਨਕ ਸਰ? ਬਈ ਕੀ ਗੱਲ, ਉਹ ਨਾਨਕ ਸਰ ਦਾ ਸਥਾਨ ਨਹੀਂ ਹੈ? ਕੀ ਉਹ ਬਾਬਾ ਆਨੰਦ ਸਿੰਘ ਨੂੰ ਨਹੀਂ ਮੰਨਦੇ? ਪਤਾ ਨਹੀਂ ਬਾਬਾ ਕਸ਼ਮੀਰ ਸਿੰਘ ਦੀ ਕਿਉਂ ਜ਼ਮੀਰ ਮਰ ਗਈ, ਜਿਹੜਾ ਇਸ ਨਿੰਦਕ ਨੂੰ ਸੱਦਿਆ, ਪਤਾ ਨਹੀਂ ਕਿਸ ਚੀਜ਼ ਦੀ ਉਹਨੂੰ ਲੋੜ ਪਈ ਹੋਈ ਹੈ, ਕੀ ਉਹਨੂੰ ਇਸ ਤਾਂ ਹੀ ਮਤਲਬ ਹੈ। ਮੈਂ ਨਾਨਕ ਸਰ ਸੰਪਰਦਾ ਸਤਿਕਾਰ ਕਰਦਾ, ਪਰ ਨਾਨਕ ਸਰ ਸੰਪਰਦਾ ਦੇ ਵੱਡੇ ਸਾਧੂਆਂ ਨਾਲ ਮੇਰਾ ਆਉਣਾ ਜਾਣਾ ਮਿਲਣਾ, ਮੈਂ ਉਹਨਾਂ ਨੂੰ ਸਾਰਵਜਨਿਕ ਤੌਰ 'ਤੇ ਬੇਨਤੀ ਕਰਦਾ ਕਿ ਜੇ ਤੁਹਾਡੀ ਸੰਪਰਦਾ ਸਾਡੀ ਇੱਕੋ ਹੀ ਹੈ, ਅਤੇ ਜੇ ਇਸ ਸੰਪਰਦਾ ਦੇ ਇੱਦਾਂ ਦੇ ਸਾਧੂ ਤੁਹਾਡੀ ਸੰਪਰਦਾ 'ਚ ਹੈ, ਅਤੇ ਨਾਨਕ ਸਰ ਦੇ ਮੇਨ ਮੁਖੀਆਂ ਨੂੰ ਚਾਹੀਦਾ ਇਹੋ ਜਿਹੇ ਨੂੰ ਨੱਥ ਪਾਉਣ, ਜਿਹੜਾ ਸਾਧੂਆਂ ਦੀ ਆਏ ਦਿਨ ਖਿੱਲੀ ਉਡਾਉਂਦਾ, ਜਿਹੜਾ ਗੁਰੂ ਧਾਮਾਂ ਦੀ ਖਿੱਲੀ ਉਡਾਉਂਦਾ, ਜਿਹੜਾ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਇੱਕ ਇਮਾਰਤ ਦੱਸਦਾ, ਲੰਗਰਾਂ ਦਾ ਮਜ਼ਾਕ ਇਹ ਬੰਦਾ ਉਡਾਉਂਦਾ, ਇਹ ਲਫੰਗਾ ਹੈ,
ਔਰ ਤੁਹਾਨੂੰ ਪਤਾ ਇਹਨੂੰ ਕਿਸ ਕਿਸ ਨਾਮ ਨਾਲ ਲੋਕ ਸੰਬੋਧਨ ਕਰ ਰਹੇ ਨੇ। ਇਸ ਬੰਦੇ ਨੂੰ ਨਾਨਕ ਸਰ ਦੇ ਸਥਾਨ 'ਤੇ ਸੱਦਣਾ, ਇਹ ਬਾਬਾ ਆਨੰਦ ਸਿੰਘ ਦੀ ਤੋਹੀਨ ਹੋਏਗੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਤੋਹੀਨ ਹੋਏਗੀ ਜਿਸ ਬੰਦੇ ਨੂੰ ਕੋਈ ਮੂੰਹ ਨਹੀਂ ਲਾ ਰਿਹਾ। ਅਤੇ ਬਾਬੇ ਕਸ਼ਮੀਰਾ ਸਿੰਘ ਨੇ ਸੱਦਿਆ, ਪਤਾ ਨਹੀਂ ਉਹਦੀ ਕੀ ਮਜਬੂਰੀ ਹੋਏਗੀ। ਮੈਂ ਉਹਨੂੰ ਹੱਥ ਜੋੜ ਕੇ ਬੇਨਤੀ ਕਰਦਾ, ਬਾਬਾ ਜੀ ਥੋੜ੍ਹਾ ਜਿਹਾ ਖਿਆਲ ਕਰੋ, ਥੋੜ੍ਹੀ ਜਿਹੀ ਜ਼ਮੀਰ ਜਗਾਓ, ਆਪਣੀ ਕਿਹੜੀ ਲੋੜ ਤੁਹਾਨੂੰ ਪੈ ਗਈ ਜਿਹੜਾ ਇਸ ਪਖੰਡੀ ਨੂੰ ਡੇਰੇ ਸੱਦ ਰਹੇ ਹਾਂ, ਕੀ ਲੋੜ ਪੈ ਗਈ? ਦਵਾਨ ਲਾਵੇ, ਦਵਾਨ ਲਵਾਉਂਦਾ ਕੌਣ ਹੈ? ਹੁਣ ਤਰਲੇ ਮਾਰਦਾ ਫਿਰਦਾ ਹੈ, ਬਿਜ਼ਨਸ ਦਾ ਬੰਦ ਹੋ ਗਿਆ ਆਪਦਾ, ਕਿੱਥੇ ਦੁਕਾਨਾਂ ਬੰਦ ਕਰਾਉਂਦਾ ਫਿਰਦਾ, ਅਸੀਂ ਖੁਦ ਦਾ ਸ਼ੋਰੂਮ ਬੰਦ ਕਰ ਲਿਆ। ਇਹ ਪਾਪੀ ਬੰਦਾ ਗੁਰੂ ਘਰ ਦੀਆਂ ਇਮਾਰਤਾਂ ਨੂੰ ਕਹਿੰਦਾ ਸੀ ਇਮਾਰਤਾਂ ਨਾਲ ਨਾ ਜੁੜੋ, ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਉੱਥੇ ਨਾ ਜੁੜੋ, ਉੱਥੇ ਜੀ ਸਥਾਨਾਂ ਨੂੰ ਵੱਡਾ ਕੀਤਾ ਜਾ ਰਿਹਾ, ਗੁਰੂ ਗ੍ਰੰਥ ਸਾਹਿਬ ਨੂੰ ਛੋਟਾ ਕੀਤਾ ਜਾ ਰਿਹਾ। ਪਾਪੀ ਆ, ਅੰਮ੍ਰਿਤਸਰ ਸਾਹਿਬ ਵਾਸਤੇ ਤੂੰ ਇੱਦਾਂ ਬੋਲਦਾ, ਹਜ਼ੂਰ ਸਾਹਿਬ ਅਨੰਦਪੁਰ ਸਾਹਿਬ ਵਾਸਤੇ ਤੂੰ ਇੱਦਾਂ ਬੋਲਦਾ, ਅਤੇ ਆਪਣਾ ਗੁਰਦੁਆਰਾ ਤੇਰਾ ਕੀ ਹੈ? ਪਰਮੇਸ਼ਰ ਦੁਆਰ ਸਾਹਿਬ, ਲੱਖ ਲਾਮਤ ਹੈ ਤੇਰੇ, ਤੇਰਾ ਗੁਰੂ ਜਿਹੜੀ ਤੇਰੀ ਇਮਾਰਤ ਬਣਾਈ ਉਹ ਤਾਂ ਪਰਮੇਸ਼ਰ ਦਾ ਦੁਆਰ ਹੋ ਗਿਆ, ਅਤੇ ਜਿਹੜਾ ਗੁਰੂ ਨੇ ਆਪ ਬਣਾਇਆ, ਆਪ ਜਿੱਥੇ ਸੇਵਾ ਕੀਤੀ ਹੈ, ਹਰ ਮੰਦਰ ਹਰ ਸਾਜਿਆ, ਉਹ ਤੈਨੂੰ ਕੀਟਾਂ ਦੀ ਇਮਾਰਤ ਦਿਸਦੀ ਹੈ ਬਸ਼ਰਮ? ਤੈਨੂੰ ਉਹਦੀ ਸ਼ਰਮ ਨਹੀਂ ਆਉਂਦੀ? ਤੂੰ ਕਹਿੰਦਾ ਕੀ ਫਿਰ? ਤੂੰ ਗੱਲ ਕੀ ਕਰਦਾ ਪਿਆ? ਗੁਰੂ ਸਾਹਿਬ ਫਿਰ ਜਿਹੜੇ ਇਹਦੇ ਜਾਂਦੇ ਨੇ ਬੌਂਗੇ ਦੇ ਜਿਹੜੇ ਭਗਤ ਨੇ ਜਿਹੜੇ ਇਹਦੇ ਮਗਰ ਜਾਂਦੇ ਨੇ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ? ਤੁਹਾਨੂੰ ਬੰਦਾ ਕਹਿ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਤੁਹਾਡੇ ਪਿੰਡ 'ਚ ਵੀ ਉਹੀ ਹੈ, ਗੁਰੂ ਧਾਮਾਂ 'ਤੇ ਵੀ ਉਹੀ ਹੈ, ਪਿੰਡ 'ਚ ਤਾਂ ਤੁਸੀਂ ਗੁਰੂ ਸਾਹਿਬ ਨੂੰ ਮੱਥਾ ਟੇਕੋ, ਅਤੇ ਫਿਰ ਤੁਸੀਂ ਪਰਮੇਸ਼ਰ ਦਾ ਮਹੀਨੇ ਬਾਅਦ ਲੈਣ ਕੀ ਜਾਂਦੇ? ਜਿਹੜੇ ਦੇ ਭਗਤ ਝੰਡਾ ਚੁੱਕੀ ਫਿਰਦੇ ਸੀ ਨਾ, 7 ਤਰੀਕ ਨੂੰ ਸਾਡਾ ਭਾਈ ਸਾਹਿਬ ਬੰਬ ਸਿੱਟੂਗਾ, ਕਿਹੜਾ ਬੰਬ ਸਿੱਟਤਾ ਇਹਨੇ? ਕੀ ਕਰਤਾ? ਬੰਬੇ 'ਤੇ ਡਿੱਗ ਪਿਆ। ਹੁਣ ਇਹਨੇ ਜੋ ਵੀ ਬਕਵਾਸ ਕੀਤੀ, ਮੈਂ ਤੁਹਾਨੂੰ ਪਿੱਛੇ ਦੀ ਬੇਨਤੀ ਕੀਤੀ ਸੀ, ਕਈਆਂ ਦੇ ਮੇਰੇ ਕੋਲ ਮੈਸੇਜ ਆਏ, ਕਈਆਂ ਦੇ ਫੋਨ ਆਏ, ਕਦੇ ਜੀ ਰਾਜਸਥਾਨ ਵਾਲੇ ਚੁੱਪ ਕਰ ਗਏ, ਪਤਾ ਨਹੀਂ ਉਹ ਤੋਂ ਡਰ ਗਏ, ਪਤਾ ਨਹੀਂ ਪੁਲਿਸ ਦਾ ਦਬਾਅ ਪਾਤਾ। ਜਿੱਦਣ ਮੈਂ ਇਹਦੇ ਖਿਲਾਫ਼ ਬੋਲਿਆ ਅਤੇ ਕੁਛ ਸੋਚ ਕੇ ਬੋਲਿਆ ਸੀ, ਇਸ ਡਰ ਡੁਰ ਸਭ ਮੈਂ ਕੱਢ ਕੇ ਬੋਲਿਆ, ਅਤੇ ਅੱਜ ਤੱਕ ਵੀ ਡਰਦਾ ਨਹੀਂ, ਪਰ ਮੈਂ ਤੁਹਾਨੂੰ ਯਾਦ ਹੋਣਾ ਬੇਨਤੀ ਕੀਤੀ ਸੀ ਵੀ ਆਪਾਂ ਇਹਦੇ ਖਿਲਾਫ਼ ਸਬੂਤ ਇਕੱਠੇ ਕਰ ਰਹੇ ਹਾਂ, ਸਬੂਤ ਦੇ ਆਧਾਰ 'ਤੇ ਆਪਾਂ ਫਿਰ ਅਦਾਲਤ ਵਿੱਚ ਹੀ ਇਹਦੇ ਨਾਲ ਕੋਰਟ ਵਿੱਚ ਹੀ ਗੱਲ ਕਰਾਂਗੇ। ਅਤੇ ਮਾਲਕ ਨੇ ਮਿਹਰ ਕੀਤੀ ਹੈ ਕਾਫ਼ੀ ਹੱਦ ਕਿ ਸਾਰੇ ਦਬੂਤ ਜਿਹੜੇ ਇਹਦੇ ਇੱਕ ਬੰਦਾ ਹੋਣ 'ਤੇ ਵੀ ਲਾਹਨਤ ਰਹੇ, ਲਾਹਨਤ ਇਹਦੇ ਬੰਦਾ ਹੋਣ 'ਤੇ ਵੀ ਐਸੇ ਸਬੂਤ ਆਪਣੇ ਕੋਲ ਆ ਗਏ ਆ। ਔਰ ਕੱਲ੍ਹ ਜਾਂ ਪਰਸੋਂ ਨੂੰ ਆਪਾਂ ਗੰਗਾਨਗਰ ਵਿੱਚ ਇਹਦੇ ਕੇਸ ਦਾਇਰ ਕਰਨਾ ਹੈ, ਕੇਸ ਦਰਜ ਹੋ ਜਾਣਾ ਇਸ 'ਤੇ। ਔਰ ਮੈਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ, ਰਾਜਸਥਾਨ ਦਿਆਂ ਨੂੰ ਵੀ ਅਤੇ ਆਸੇ ਪਾਸੇ ਦਿਆਂ ਨੂੰ ਵੀ, ਵੀ ਜਿਨ੍ਹਾਂ ਨੇ ਸਾਥ ਸਹਿਯੋਗ ਦੇਣਾ ਹੋਵੇ, ਮਾਇਆ ਦਾ ਸਹਿਯੋਗ ਮੈਂ ਨਹੀਂ ਮੰਗਦਾ ਵੀ ਕੱਲ੍ਹ ਨੂੰ ਇਹਨਾਂ ਰੌਲਾ ਪਾਉਣਾ ਵੀ ਬਾਬਾ ਮਾਇਆ ਮੰਗਦਾ, ਮੈਂ ਪੈਸਾ ਨਹੀਂ ਮੰਗਦਾ, ਮੈਂ ਆਹਨਾ ਸਾਥ ਸਹਿਯੋਗ ਜਿਨ੍ਹਾਂ ਨੇ ਦੇਣਾ ਹੈ, ਉਹ ਸਾਡਿਆਂ ਫੋਨ ਨੰਬਰ ਸਾਰਿਆਂ ਕੋਲ ਹੈਗੇ, ਕੰਟੈਕਟ ਕਰ ਸਕਦੇ ਹਾਂ, ਅਤੇ ਜਦੋਂ ਵੀ ਆਪਾਂ ਚੱਲਣਾ ਸਾਰੇ ਦਿਨ ਚੱਲ ਕੇ ਇਹਦੇ ਖਿਲਾਫ਼ ਕੇਸ ਦਾਇਰ ਕਰਕੇ ਆਈਏ, ਤਾਂ ਜੋ ਵੱਧ ਤੋਂ ਵੱਧ ਸੰਗਤ ਇਹਦੇ ਖਿਲਾਫ਼ ਆਪਾਂ ਕੇਸ ਕਰੀਏ, ਤਾਂ ਜੋ ਇਹਨੂੰ ਠੱਲ ਪੈ ਸਕੇ। ਇਹਨੇ ਜੋ ਪਾਪ ਦਾ ਅੱਡਾ ਬਣਾ ਰੱਖਿਆ, ਜਿਹਦਾ ਨਾਮ ਇਹਨੇ ਪਰਮੇਸ਼ੁਰ ਦੁਆਰ ਰੱਖਿਆ, ਅਤੇ ਉੱਥੇ ਕੰਮ ਕਿੱਡੇ ਗੰਦੇ ਗੰਦੇ ਹੁੰਦੇ ਨੇ, ਊਂ ਇਹ ਦਿਨ ਰਾਤ ਬਕਵਾਸ ਕਰਦਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ, ਅਤੇ ਜਦੋਂ ਇਹਦੇ 'ਤੇ ਕੋਈ ਸਵਾਲ ਪੁੱਛਿਆ ਜਾਂਦਾ ਫਿਰ ਕਹਿੰਦਾ ਕੋਈ ਜਵਾਬ ਨਾ ਦੇਵੇ, ਫਿਰ ਬੜੀ ਉਹਦੀ ਠੰਡੀ ਜਿਹੀ ਬੋਲੀ ਹੋ ਜਾਂਦੀ ਹੈ, ਉੱਦਾਂ ਬੜਾ ਚੀਕਦਾ ਹੈ। ਕਿਸੇ ਗੱਲ ਦਾ ਇਸ ਪਾਪੀ ਨੂੰ ਜਵਾਬ ਨਹੀਂ ਆਉਂਦਾ, ਜਾਂ ਗੱਲ ਦੇ ਜਵਾਬ ਦੇਵੇ। ਅਸੀਂ ਪਰਸੋਂ ਨੂੰ ਕੇਸ ਦਾਇਰ ਕਰਨਾ, ਹੋ ਸਕਦਾ ਕੱਲ੍ਹ ਕਰ ਦਈਏ, ਅਤੇ ਪਰਸੋਂ ਨੂੰ ਇਸ ਪਾਪੀ 'ਤੇ ਕੇਸ ਦਾਇਰ ਹੋਣਾ ਹੈ। ਅਤੇ ਹੋ ਰਹੇ ਨੇ ਕੇਸ ਬਾਬਾ ਹਰੀ ਸਿੰਘ ਜੀ ਮਹਾਂਪੁਰਖ ਰੰਧਾਵੇ ਵਾਲਿਆਂ ਵਾਸਤੇ, ਪਾਪੀ ਬੋਲਿਆ ਸੀ ਤੇਰੀ ਜ਼ੁਬਾਨ ਨੂੰ ਕੀੜੇ ਕਿਉਂ ਨਾ ਪੈ ਗਏ ਬੋਲਣ ਲੱਗੇ ਨੂੰ, ਤੂੰ ਗੁਰੂ ਸਾਹਿਬਾਂ ਵਾਸਤੇ, ਗੁਰੂ ਦੀਆਂ ਭਗਤਾਂ ਵਾਸਤੇ
ਗੁਰੂ ਦੇ ਸੰਤਾਂ ਵਾਸਤੇ ਬੋਲਦਾ, ਤੇਰੀ ਜ਼ੁਬਾਨ ਕੰਬਦੀ ਨਹੀਂ, ਤੇਰੇ ਅੰਦਰ ਡਰਦਾ ਨਹੀਂ ਵੀ ਤੂੰ ਬੋਲਦਾ ਹੈ, ਸੱਚ ਬੋਲੇ ਤੇ ਅਸੀਂ ਮੰਨੀਏ, ਪਰ ਤੂੰ ਕੁਫਰ ਤੋਲਦਾ ਹੈ। ਹੋ ਫਿਰ ਸਾਹਮਣੇ ਉਹਨਾਂ ਦੇ, ਹੁਣ ਤੂੰ ਬੜਾ ਮਸਤਾਂ ਦੇ ਬਾਰੇ ਬੋਲਦਾ ਹੁੰਦਾ ਸੀ, ਹਰੇਕ ਦੀਵਾਨ 'ਚ ਮਸਤਾਂ ਬਾਰੇ ਬੋਲਦਾ ਸੀ, ਕੀ ਗੱਲ ਹੁਣ ਜ਼ੁਬਾਨ ਬੰਦ ਕਿਉਂ ਹੈ? ਜਿੱਥੇ ਤੈਨੂੰ ਅੱਗੇ ਡਾਂਗ ਦਿਸੇ ਨਾ ਵੀ ਖੜਦੀ ਖੜਕਦੀ ਡਾਂਗ ਹੈ, ਫਿਰ ਤੂੰ ਚੁੱਪ ਕਰ ਜਾਂਦਾ। ਬੜਾ ਤੂੰ ਵਿਭਾਗ ਸਿੰਘ ਬਾਰੇ ਬੋਲਦਾ ਸੀ, ਕੀ ਗੱਲ ਕੁਸਕਦਾ ਨਹੀਂ ਹੁਣ? ਇਹਦੇ ਭਗਤ ਜਵਾਬ ਦੇਣ ਵੀ ਤੁਹਾਡਾ ਭਾਈ ਸਾਹਿਬ ਕਿਸੇ ਦੀਵਾਨ 'ਚ ਹੁਣ ਕਿਉਂ ਨਹੀਂ ਬੋਲਦਾ? ਨਕੋਦਰ ਵਾਲਿਆਂ ਬਾਰੇ 'ਚ ਕਿਉਂ ਨਹੀਂ ਬੋਲਦਾ? ਵਿਭਾਗ ਸਿੰਘ ਦੇ ਬਾਰੇ 'ਚ, ਕਿੰਨਿਆਂ ਦੇ ਬਾਰੇ 'ਚ ਬੋਲਦਾ ਹੁੰਦਾ ਸੀ? ਸਿੰਗਰਾਂ ਦੇ ਬਾਰੇ 'ਚ, ਆਰਕੈਸਟਰਾ ਦੇ ਬਾਰੇ 'ਚ ਕਿਉਂ ਨਹੀਂ ਕੁਸਕਦਾ? ਇਹਨੂੰ ਪਤਾ ਅੱਗੇ ਉਹ ਡਾਂਗ ਦੇ, ਜਿਹੜਾ ਅੱਖਾਂ ਦਿਖਾ ਦੇਵੇ ਵਸੇ ਮਾਂ ਬਿੱਲੀ ਬਣ ਜਾਂਦਾ। ਅਤੇ ਜਦੋਂ ਆਪਾਂ ਫੱਟੀਆਂ ਵਿਖਾਈਆਂ ਸੀ, 25 ਫੱਟੀਆਂ ਨਹੀਂ ਨਾ, ਕਹਿੰਦਾ ਸੀ 20-25 ਫੱਟੀਆਂ ਨੇ, ਅਸੀਂ ਵੀ ਇਕੱਠੀਆਂ ਕਰ ਸਕਦੇ ਹਾਂ, ਪਰ ਇਹਦੀ ਬੋਲਤੀ ਬੰਦ ਹੋ ਗਈ ਸੀ, ਦੀਵਾਨਾਂ 'ਚ ਤਾਂ ਬੋਲਣਾ ਬੰਦ ਹੋ ਗਿਆ ਸੀ। ਹੁਣ ਇਹਨੂੰ ਦੇਖਿਆ ਵੀ ਸ਼ਾਇਦ ਚੁੱਪ ਕਰਕੇ ਵੀ ਚੁੱਪ ਮੈਂ ਕਰਦਾ ਨਹੀਂ, ਮੈਂ ਜਦ ਤੱਕ ਤੇਰੀ ਨਾਸੀ ਧੂਆਂ ਨਹੀਂ ਲਿਆਉਂਦਾ ਤੈਨੂੰ ਛੱਡਦਾ ਮੈਂ ਵੀ ਨਹੀਂ। ਇਸ ਕਰਕੇ ਮੇਰੀ ਸਾਰੀ ਸੰਗਤ ਨੂੰ ਬੇਨਤੀ, ਇਸ ਪਾਪੀ ਤੋਂ ਸੁਚੇਤ ਹੋ। ਦੇਖੋ ਮੈਂ ਨਿਰਪੱਖ ਹੋ ਗੱਲ ਕਰਦਾ ਵੀ ਜਦੋਂ ਬਾਦਲ ਸਰਕਾਰ ਸੀ, ਭਾਵੇਂ ਹੁਣ ਕੈਪਟਨ ਸਰਕਾਰ ਹੈ, ਮੈਨੂੰ ਇੱਦਾਂ ਨਹੀਂ ਹੈ ਵੀ ਮੈਂ ਕਿਸੇ ਸਰਕਾਰ ਨਾਲ ਜੁੜਿਆ, ਕਿਉਂ ਅਸੀਂ ਰਾਜਸਥਾਨ 'ਚ ਰਹਿੰਦੇ ਹਾਂ, ਰਾਜਸਥਾਨ 'ਚ ਅਕਾਲੀ ਭਾਜਪਾ ਦਲ ਹੈ ਨਹੀਂ। ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਪਿੱਛੇ ਜੀ ਅਕਾਲੀਆਂ ਦੀ ਸਰਕਾਰ ਸੀ ਅਤੇ ਇਹ ਡਮਰੂ ਜਿਹਾ ਹਰੇਕ ਸਟੇਜ 'ਤੇ ਉੱਚੀ ਉੱਚੀ ਬਾਹਾਂ ਲੇਰ ਕੇ ਬੋਲਦਾ ਸੀ, ਉਹ ਗੁਰੂ ਸਾਹਿਬ ਦੀ ਬੇਅਦਬੀ ਹੋ ਗਈ, ਹਾਏ ਗੁਰੂ ਸਾਹਿਬ ਦੀ ਬੇਅਦਬੀ ਹੋ ਗਈ, ਕੀ ਗੱਲ ਹੁਣ ਇਹ ਕੈਪਟਨ ਸਰਕਾਰ ਦੀ ਰਾਜ 'ਚ ਬੇਅਦਬੀ ਨਹੀਂ ਹੋਈ ਕਿ ਹੁਣ ਬੇਅਦਬੀ ਨਹੀਂ ਹੋਈ? ਕਿਉਂ ਨਹੀਂ ਬੋਲਦਾ ਹੁਣ ਤੂੰ? ਇਹ ਵਿਕਿਆ ਹੋਇਆ ਬੰਦਾ ਹੈ, ਏਜੰਸੀਆਂ ਕੋਲ ਵਿਕਿਆ ਹੋਇਆ ਬੰਦਾ ਹੈ, ਇਹ ਤੋਂ ਸੁਚੇਤ ਹੋਵੋ। ਅਤੇ ਮੈਂ ਨਾਨਕ ਸਰ ਦੇ ਮਹਾਂਪੁਰਖਾਂ ਨੂੰ ਅਤੇ ਨਾਨਕ ਸਰ ਦੇ ਸੰਗੀ ਸਾਥੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੇ ਨਾਨਕ ਸਰ ਕਰਨਾਲ ਦੀ ਧਰਤੀ 'ਤੇ ਪਾਪੀ ਜਾਂਦਾ ਹੈ, ਇਹ ਬਾਬਾ ਆਨੰਦ ਸਿੰਘ ਜੀ ਦੀ ਬਹੁਤ ਵੱਡੀ ਬੇਅਦਬੀ ਹੈ। ਨਾਨਕ ਸਰ ਦੇ ਬਹੁਤ ਸਤਿਕਾਰਯੋਗ ਸਾਡੇ ਨਾਲ ਪ੍ਰੇਮ ਰੱਖਣ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਕੁਰਾਲੀ ਵਾਲੇ ਆ, ਉਹਨਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਇਹਦੇ ਖਿਲਾਫ਼ ਐਕਸ਼ਨ ਲਓ। ਬਾਕੀ ਹੋਰ ਮਹਾਂਪੁਰਖਾਂ ਕੋਲ ਅਸੀਂ ਆਉਂਦੇ ਜਾਂਦੇ ਹਾਂ, ਸਭ ਸਾਨੂੰ ਜਾਣਦੇ ਨੇ, ਇੱਥੇ ਆਉਂਦੇ ਵੀ ਨੇ, ਮੈਂ ਸਭ ਦਾ ਨਾਮ ਨਹੀਂ ਲੈਣਾ ਚਾਹੁੰਦਾ, ਬਸ ਸਮੁੱਚੇ ਤੌਰ 'ਤੇ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਦੇਸ਼ 'ਤੇ ਇਹਨੂੰ ਨੱਥ ਪਾਓ। ਅਤੇ ਜੇ ਇਹ ਨਾਨਕ ਸਰ ਦੀ ਧਰਤੀ 'ਤੇ ਜਾਂਦਾ ਹੈ, ਸੰਪਟ ਪਾਠਾਂ ਬਾਰੇ ਇਹ ਬੋਲਦਾ ਹੈ, ਕੋਤਰੀਆਂ ਬਾਰੇ ਇਹ ਬੋਲਦਾ, ਕੀ ਗੱਲ ਹੁਣ ਉਹਨਾਂ ਸਥਾਨਾਂ 'ਤੇ ਸੰਪਟ ਪਾਠ ਨਹੀਂ ਹੁੰਦੇ? ਕਿ ਉਹਨਾਂ ਸਥਾਨਾਂ 'ਤੇ ਖੰਡ ਪਾਠ ਨਹੀਂ ਰੱਖੇ ਜਾਂਦੇ? ਕਿਵੇਂ ਹੁਣ ਕੀ ਗੱਲ ਹੋ ਗਈ ਇਹਨੂੰ? ਇਸ ਕਰਕੇ ਇਸ ਬੇਸ਼ਰਮ ਨੂੰ ਪੁੱਛਿਆ ਜਾਵੇ, ਅਤੇ ਜੇ ਉੱਥੇ ਨਾ ਦੀਵਾਨ ਲਾਉਣਾ ਤਾਂ ਪਹਿਲਾਂ ਸਾਰੀ ਸੰਗਤ ਨੂੰ ਜਵਾਬ ਦੇਵੇ ਕਿ ਆਪਣਾ ਸਟੈਂਡ ਬਦਲ ਚੁੱਕਿਆ, ਉੱਥੇ ਲਿਖਿਆ ਨਾਨਕ ਸਰ ਨਹੀਂ ਲਿਖਿਆ ਇਸ਼ਤਿਹਾਰ 'ਤੇ, ਇਹਦਾ ਮਤਲਬ ਇਹ ਪਾਪੀ ਬੰਦਾ ਆਪਣਾ ਸਟੈਂਡ ਬਦਲ ਚੁੱਕਿਆ, ਕਿਉਂਕਿ ਇਹਦੀ ਰੋਟੀ ਪਾਣੀ ਬੰਦ ਹੋਊਗੀ। ਪਰ ਮੈਂ ਕਮਾਲ ਇਸ ਗੱਲ ਦੀ, ਇਸ ਬੰਦੇ ਦੀ ਮੰਨਦਾ ਅਤੇ ਇਹਦੇ ਭਗਤਾਂ ਦੀ ਮੰਨਦਾ ਵੀ ਇਹ ਬੰਦਾ ਸਟੇਜ 'ਤੇ ਬਹਿ ਕੇ ਤੁਹਾਨੂੰ ਕਹਿ ਦਿੰਦਾ ਜੀ ਫਲਾਣੇ ਸੇਵਾ ਕਰਨ ਵਾਲੇ ਨੇ, ਯੇ ਵਾਹ ਫਲਾਣ ਢਮਕਾਣ, ਅਤੇ ਤੁਸੀਂ ਮੰਨ ਜਾਂਦੇ ਹਾਂ ਜੀ ਮੈਂ ਭਾਈ ਸਾਹਿਬ ਸਹੀ ਕਹਿੰਦੇ ਨੇ। ਉਹ ਤੁਸੀਂ ਆਪਣੇ ਭਾਈ ਸਾਹਿਬ ਨੂੰ ਪੁੱਛੋ, ਭਾਈ ਸਾਹਿਬ ਜੀ ਲੋਕ ਇੰਨੇ ਸਵਾਲ ਕਰਦੇ ਨੇ, ਕਿਸੇ ਦਾ ਜਵਾਬ ਤਾਂ ਦਿਓ। ਜੇ ਨਹੀਂ ਤਾਂ ਫਿਰ ਕਿਉਂ ਲੋਕਾਂ ਦੇ ਤੰਜ ਕੱਸਦੇ ਹੋ ਦੂਏ ਦਿਨ? ਐਂ ਪਾ ਪਾ ਕੇ ਗੋਟੇ ਲਾ ਲਾ ਕੇ ਚੁੰਨੀਆਂ ਨੂੰ, ਅਤੇ ਕੀ ਬੋਟੀਆਂ ਬਣ ਬਣ ਦਿਖਾਉਂਦਾ ਤੂੰ? ਕੀ ਇਹ ਤੂੰ ਰੋਜ਼ ਫੈਸ਼ਨ ਡਿਜ਼ਾਇਨਿੰਗ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਕਈ ਵਾਰ ਇਸ ਵਿਸ਼ੇ 'ਤੇ ਬੇਨਤੀ ਕਰ ਚੁੱਕੇ ਹਾਂ ਕਿ ਜੋ ਆਪਣੇ ਆਪ ਨੂੰ ਸਿੱਖ ਧਰਮ ਦਾ ਬੜਾ ਵੱਡਾ ਪ੍ਰਚਾਰਕ ਸਮਝਦਾ ਹੈ, ਰਣਜੀਤ ਸਿੰਘ ਢੱਡਰੀਆਂ ਵਾਲਾ, ਉਹ ਆਪਦੇ ਹਰੇਕ ਦੀਵਾਨ ਦੀ ਤਰ੍ਹਾਂ, ਹਰੇਕ ਵਾਰ ਦੀ ਤਰ੍ਹਾਂ, ਹਰੇਕ ਵਾਰ ਜਿਵੇਂ ਕਰਦਾ ਹੈ, ਇਸ ਵਾਰ ਵੀ ਉਸ ਨੇ ਉਹੀ ਕੀਤਾ ਹੈ ਕਿ ਮਿੰਟ 'ਚ ਗਿਰਗਟ ਵਾਂਗੂ ਰੰਗ ਬਦਲ ਜਾਂਦਾ। ਪਹਿਲਾਂ ਬਿਆਨਬਾਜ਼ੀ ਦਾਗਦਾ ਹੈ, ਫਿਰ ਜਦੋਂ ਪਤਾ ਵੀ ਅੱਗਿਓਂ ਬੰਦਾ ਤਕੜਾ ਹੈ, ਫਿਰ ਇਹ ਮਾਂ ਬਿੱਲੀ ਬਣ ਜਾਂਦਾ। ਹੁਣ ਇਹਨੇ ਉੱਦਣ ਸੰਡੇ ਦਾ ਦੀਵਾਨ ਲੱਗਾ, ਅਤੇ ਉੱਦਣ ਕਿੱਡੀਆਂ ਇਹਨੇ ਫੁਕਰੀਆਂ ਮਾਰੀਆਂ ਅਤੇ ਕਿੱਡਾ ਹਾਸਾ ਪਾਇਆ,
ਆਖੇ ਬੋਤਲਾਂ ਪਿੱਛੇ ਵਿਕੋਗੇ, ਫਿਰ ਇੱਦਾਂ ਹੀ ਤੁਸੀਂ ਹੜਾਂ 'ਚ ਰੁੜੋਗੇ, ਬੋਤਲਾਂ ਪਿੱਛੇ ਵੇਖਦੇ ਹੋ, ਕਿੰਨਾ ਮਜ਼ਾਕ ਬਣਾਇਆ। ਇੱਕ ਦੁੱਖ ਦਾ ਸਮਾਂ ਹੈ, ਇੱਕ ਘੜੀ ਦੁੱਖ ਦੀ ਹੈ, ਅਤੇ ਤੂੰ ਹੱਸ ਰਿਹਾ, ਅਤੇ ਇਹਦੇ ਚੇਲੇ ਇੱਡੇ, ਮੈਂ ਕਹਿੰਦਾ ਇੱਡੇ ਬੇਕਾਰ ਅਤੇ ਇੱਡੇ ਪਿੱਛੇ ਲੱਗੂ ਨੇ, ਵੀ ਇਹ ਬਾਂਦਰਾਂ ਵਾਂਗੂ ਦੰਦ ਕੱਢੀ ਜਾਂਦਾ, ਪਿੱਛੇ ਬੈਠੇ ਉਹ ਦੰਦ ਕੱਢੀ ਜਾਂਦੇ ਨੇ, ਬਸ਼ਰਮੋ ਡੁੱਬ ਕੇ ਮਰ ਜਾਓ। ਮੈਂ ਉੱਦਣ ਦਾ ਕਹਿੰਦਾ ਸੀ ਵੀ ਇਹਨੂੰ ਕਹਿਣਾ ਕੀ, ਮੈਂ ਕਿਹਾ ਵੇਖਦਾ ਵੀ, ਕਹਿੰਦਾ ਸੀ ਨਾ ਮੈਂ 7 ਤਰੀਕ ਨੂੰ ਦੇਖੋ ਕੀ ਕਰਦਾ, ਫਿਰ ਹੁਣ 7 ਤਰੀਕ ਉਹਦੇ ਚੇਲੇ ਕਹਿਣ ਜੀ ਵੇਖਿਓ ਭਾਈ ਸਾਹਿਬ 7 ਤਰੀਕ ਨੂੰ ਕੀ ਕਰਨਗੇ, ਵੇਖ ਲਿਓ ਤੁਸੀਂ ਹੁਣ ਬਸ। ਮੈਂ ਕਿਹਾ ਵੇਖੀਏ ਸਰੀ 7 ਤਰੀਕ ਨੂੰ ਕਿਹੜਾ ਬੰਬ ਸਿੱਟਦਾ, ਉਹ ਨਿਕਲਿਆ ਉਹ ਹੀ ਪਹਿਲਾਂ ਡਿੰਗਾਂ ਮਾਰੀਆਂ, ਫਿਰ ਕਹਿੰਦਾ ਜੀ ਮੈਨੂੰ ਰਵੀ ਸਿੰਘ ਦੇ ਬੰਦਾ ਪਹਿਲਾਂ ਕਹਿੰਦਾ ਵੀ ਅੰਦਰ ਆਇਆ, ਫਿਰ ਕਹਿੰਦਾ ਮੈਨੂੰ ਬਾਹਰ ਖੜ੍ਹਾ ਮਿਲਿਆ, ਫਿਰ ਕਹਿੰਦਾ ਅੰਦਰ ਖੜ੍ਹਾ ਮਿਲਿਆ। ਦਰਅਸਲ ਇਹ ਬੁੰਦ ਲਾ ਗਿਆ ਕਿਉਂਕਿ ਇਹਨੂੰ ਦੀਵਾਨ ਤੋਂ ਪਹਿਲਾਂ ਆਉਣ ਤੋਂ ਨਾ ਉਹਨਾਂ ਚੰਗੀਆਂ ਅੱਖਾਂ ਵਿਖਾਈਆਂ, ਔਰ ਜਿੱਦਾਂ ਹੀ ਅੱਖਾਂ ਵਿਖਾਈਆਂ ਅਤੇ ਬਸ ਇਹ ਭਾਈ ਸਾਹਿਬ ਰੰਗ ਬਦਲ ਗਿਆ ਆਪਣਾ। ਇਹ ਇੱਦਾਂ ਹੀ ਰੰਗ ਬਦਲਦਾ, ਮਿੰਟ ਹੀ ਲਾਉਂਦਾ ਰੰਗ ਬਦਲਣ ਲੱਗਾ, ਅਤੇ ਹੁਣ ਇਹਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਪਿੱਛੇ ਜੀ ਇੰਨਾ ਇੰਨੇ ਹੜ੍ਹ ਪੀੜਤਾਂ ਦੀ ਮਦਦ ਤਾਂ ਕੀ ਕਰਨੀ ਸੀ, ਕਿੰਨਾ ਹਾਸੇ ਬਣਾਏ ਜੀ, ਸੈਲਫੀਆਂ ਖਿਚਾਉਂਦੇ ਨੇ, ਤੇਰੇ ਨਾਲੋਂ ਵੱਧ ਕੋਈ ਨਹੀਂ ਖਿਚਾਉਂਦਾ। ਜੇ ਸੇਵਾ ਕਰਦੇ ਦੀ ਸੈਲਫੀ ਖਿੱਚ ਹੁੰਦੀ ਤਾਂ ਵਾਹ ਭਲਾ, ਸੈਲਫੀ ਖਿੱਚਣਾ ਅਤੇ ਫੋਟੋ ਖਿੱਚਣੀ ਦਾ ਫਰਕ ਹੁੰਦਾ ਹੈ। ਸੈਲਫੀ ਹੁੰਦੀ ਜਿਹੜਾ ਖੁਦ ਬੰਦਾ ਖਿੱਚੇ, ਅਤੇ ਫੋਟੋ ਖਿੱਚਣੀ ਹੁੰਦੀ ਜਿਹੜੀ ਸੰਗਤਾਂ ਨੇ ਖਿੱਚ ਕੇ ਪਾਈਆਂ ਨੇ। ਤੂੰ ਸੰਤ ਬਾਬਾ ਬਲਵੀਰ ਸਿੰਘ ਦੀ ਸਿੰਚਿਆਲ ਵਾਲੇ ਨੇ, ਉਹਨਾਂ ਦੀ ਇੱਕ ਵੀ ਸੈਲਫੀ ਵਿਖਾ ਜਿਹੜੀ ਉਹਨਾਂ ਨੇ ਆਪ ਖਿੱਚੀ ਹੋਵੇ ਮੇਰੀ, ਮੈਂ ਸੈਲਫੀ ਖਿੱਚਦਾ, ਉਹ ਸੇਵਾ ਕਰਨ ਵਾਲੇ ਨੇ। ਰਵੀ ਸਿੰਘ ਨੇ ਕਿਤੇ ਸੈਲਫੀ ਖਿੱਚੀ ਹੋਵੇ ਦਿਖਾ, ਉਹ ਸਤਿਕਾਰਕ ਹਸਤੀ ਨੇ ਜਿਹੜੇ ਸੇਵਾ ਕਰਦੇ ਨੇ। ਅਤੇ ਤੂੰ ਬੌਂਗਿਆ ਰੋਜ਼ ਰੋਜ਼ ਨਵੀਆਂ ਲਾ ਕੇ ਨਾ, ਦੁਪੱਟੇ ਜੇ ਕੁੜੀਆਂ ਵਾਲੇ, ਬੋਟੀਆਂ ਵਾਲੇ ਦੁਪੱਟੇ ਜੇ, ਇਹ ਪਾ ਕੇ ਤੂੰ ਸੈਲਫੀਆਂ ਖਿੱਚਦਾ, ਤੇਰੀਆਂ ਕਿੰਨੀਆਂ ਸੈਲਫੀਆਂ ਨੇ। ਬਸ਼ਰਮਾ ਸ਼ਰਮ ਕਰਨੀ ਚਾਹੀਦੀ ਹੈ ਜਿੱਥੇ ਸੰਗਤ ਹੜ੍ਹ ਪੀੜਤਾਂ ਦੀ ਮਦਦ ਕਰ ਰਹੀ ਹੈ, ਔਰ ਤੂੰ ਲਫੰਗਾ ਘੁੰਮਦਾ ਫਿਰਦਾ ਇੱਧਰ ਉੱਧਰ, ਕਦੀ ਇਸ ਦੇਸ਼ ਗਿਆ, ਕਦੀ ਉਸ ਦੇਸ਼ ਗਿਆ, ਸੰਗਤ ਦਾ ਪੈਸਾ ਬਰਬਾਦ ਕਰ ਰਿਹਾ, ਅਤੇ ਤੂੰ ਜਿਹੜੇ ਸੇਵਾ ਕਰ ਰਹੇ ਨੇ ਉਹਨਾਂ ਦੀ ਹਾਸੀ ਮਜ਼ਾਕ ਉਡਾ ਰਹੇ ਹੈ। ਅਖੇ ਜੀ ਆਪ ਦੀ ਵਾਹ ਵਾਹ ਕਰਾਉਣ ਵਾਸਤੇ ਕਰਦੇ ਨੇ, ਤੇਰੇ ਤੋਂ ਵੱਧ ਵਾਹ ਵਾਹ ਲੋੜਦਾ ਕੌਣ ਹੈ? ਤੂੰ ਵੀ ਜਾਂਦਾ, ਤੂੰ ਕਹਿੰਦਾ 50 ਕਿਲੋ ਦੁੱਧ ਦੀ ਖੀਰ ਭੇਜ ਦਿੰਦੇ, ਵੀ ਭੇਜੀ ਨਾ ਤੂੰ, ਕੀ ਗੱਲ? ਗੁਰਦੁਆਰੇ ਤੇਰੇ ਲੰਗਰ ਚੱਲਦਾ, ਤੂੰ ਰੋਜ਼ ਹਿਸਾਬ ਲਾਉਣਾ ਹੈ? ਕੀ ਹਿਸਾਬ ਲਾਉਣਾ ਵੀ ਕਿੰਨੇ ਆ ਗਏ ਟਰੱਕ ਡਰਾਈਵਰ, ਕਿੰਨੇ ਰੁਕੇ ਅੱਜ, ਅਤੇ ਕਿੰਨੇ ਰੁਪਈਏ ਬਣ ਗਏ? ਅਤੇ ਜੇ ਉਸੇ ਲੰਗਰਾਂ 'ਚੋਂ ਕੋਈ ਵਿਭਾਗ ਸਿੰਘ ਦੇ ਜਾਂ ਲੰਗਰ ਛੱਕ ਜੇ, ਤਾਂ ਤੂੰ ਕਲਪ ਜਾਣਾ ਅੰਦਰ ਬੈਠਾ, ਵੀ ਯਾਰ ਜਾਂਦੇ ਉੱਥੇ ਨੇ, ਪੈਸੇ ਉੱਥੇ ਚੜ੍ਹਾਉਣਗੇ, ਮੇਰੇ ਤਾਂ ਚੜ੍ਹਾਇਆ ਨਹੀਂ ਲੰਗਰ ਖਾ ਕੇ, ਮੇਰਾ ਫਿਟੇ ਮੂੰਹ ਤੇਰੇ। ਤੂੰ ਪੈਸੇ ਤਾਂ ਕਮਾਈ ਦਾ ਸਾਧਨ, ਹਰੇਕ ਚੀਜ਼ ਤੂੰ ਕਮਾਈ ਦਾ ਸਾਧਨ ਬਣਾਈ ਹੈ। ਊਂ ਤੈਨੂੰ ਨਾਨਕ ਸਾਹਿਬ ਤੋਂ ਢਿੱਡ ਪੀੜ ਹੁੰਦੀ ਹੈ, ਊਂ ਤੇਰੇ ਨਾਨਕ ਸਾਹਿਬ ਤੋਂ ਖਾਦ ਚੱਲਣ ਲੱਗ ਜਾਂਦੀ ਸਰੀਰ 'ਚ, ਅਤੇ ਹੁਣ ਤੂੰ ਕਰਨਾਲ ਕੀ ਲੈਣ ਚੱਲਿਆ ਨਾਨਕ ਸਰ ਬਈ? ਕੀ ਗੱਲ, ਉਹ ਨਾਨਕ ਸਾਹਿਬ ਦਾ ਸਥਾਨ ਨਹੀਂ ਹੈ? ਕੀ ਉਹ ਬਾਬਾ ਨੰਦ ਸਿੰਘ ਨੂੰ ਨਹੀਂ ਮੰਨਦੇ? ਪਤਾ ਨਹੀਂ ਬਾਬਾ ਕਸ਼ਮੀਰ ਸਿੰਘ ਦੀ ਕਿਉਂ ਜ਼ਮੀਰ ਮਰ ਗਈ, ਜਿਹੜਾ ਇਸ ਨਿੰਦਕ ਨੂੰ ਸੱਦਿਆ ਹੈ, ਪਤਾ ਨਹੀਂ ਕਿਸ ਚੀਜ਼ ਦੀ ਉਹਨੂੰ ਲੋੜ ਪਈ ਹੋਈ ਹੈ, ਕੀ ਉਹਨੂੰ ਇਸ ਤਾਂ ਹੀ ਮਤਲਬ ਹੈ। ਮੈਂ ਨਾਨਕ ਸਾਹਿਬ ਸੰਪਰਦਾ ਸਤਿਕਾਰ ਕਰਦਾ, ਪਰ ਨਾਨਕ ਸਾਹਿਬ ਸੰਪਰਦਾ ਦੇ ਵੱਡੇ ਸਾਧੂਆਂ ਨਾਲ ਮੇਰਾ ਆਉਣਾ ਜਾਣਾ ਮਿਲਣਾ ਹੈ। ਮੈਂ ਉਹਨਾਂ ਨੂੰ ਸਾਰਵਜਨਿਕ ਤੌਰ 'ਤੇ ਬੇਨਤੀ ਕਰਦਾ ਕਿ ਜੇ ਤੁਹਾਡੀ ਸੰਪਰਦਾ ਸਾਡੀ ਇੱਕੋ ਹੀ ਹੈ, ਅਤੇ ਜੇ ਇਸ ਸੰਪਰਦਾ ਦੇ ਇੱਦਾਂ ਦੇ ਸਾਧੂ ਤੁਹਾਡੀ ਸੰਪਰਦਾ 'ਚ ਹੈ, ਅਤੇ ਨਾਨਕ ਸਾਹਿਬ ਦੇ ਮੇਨ ਮੁਖੀਆਂ ਨੂੰ ਚਾਹੀਦਾ ਇਹੋ ਜਿਹੇ ਨੂੰ ਨੱਥ ਪਾਉਣ, ਜਿਹੜਾ ਸਾਧੂਆਂ ਦੀ ਆਏ ਦਿਨ ਖਿੱਲੀ ਉਡਾਉਂਦਾ ਹੈ, ਜਿਹੜਾ ਗੁਰੂ ਧਾਮਾਂ ਦੀ ਖਿੱਲੀ ਉਡਾਉਂਦਾ ਹੈ, ਜਿਹੜਾ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਇੱਕ ਇਮਾਰਤ ਦੱਸਦਾ ਹੈ, ਲੰਗਰਾਂ ਦਾ ਮਜ਼ਾਕ ਕੇ ਬੰਦਾ ਉਡਾਉਂਦਾ ਹੈ, ਇਹ ਲਫੰਗਾ ਹੈ। ਔਰ ਤੁਹਾਨੂੰ ਪਤਾ ਹੈ ਇਹਨੂੰ ਕਿਸ ਕਿਸ ਨਾਮ ਨਾਲ ਲੋਕ ਸੰਬੋਧਨ ਕਰ ਰਹੇ ਨੇ। ਇਸ ਬੰਦੇ ਨੂੰ ਨਾਨਕ ਸਰ ਦੇ ਸਥਾਨ 'ਤੇ ਸੱਦਣਾ, ਇਹ ਬਾਬਾ ਨੰਦ ਸਿੰਘ ਦੀ ਤੋਹੀਨ ਹੋਏਗੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਤੋਹੀਨ ਹੋਏਗੀ, ਜਿਸ ਬੰਦੇ ਨੂੰ ਕੋਈ ਮੂੰਹ ਨਹੀਂ ਲਾ ਰਿਹਾ। ਅਤੇ ਬਾਬੇ ਕਸ਼ਮੀਰਾ ਸਿੰਘ ਨੇ ਸੱਦਿਆ, ਪਤਾ ਨਹੀਂ ਉਹਦੀ ਕੀ ਮਜਬੂਰੀ ਹੋਏਗੀ। ਮੈਂ ਉਹਨੂੰ ਹੱਥ ਜੋੜ ਕੇ ਬੇਨਤੀ ਕਰਦਾ, ਬਾਬਾ ਜੀ ਥੋੜ੍ਹਾ ਜਿਹਾ ਖਿਆਲ ਕਰੋ,
ਥੋੜ੍ਹੀ ਜਿਹੀ ਜ਼ਮੀਰ ਜਗ੍ਹਾ ਉਹ ਆਪਣੀ ਕਿਹੜੀ ਲੋੜ ਤੁਹਾਨੂੰ ਪੈ ਗਈ ਜਿਹੜਾ ਇਸ ਪਖੰਡੀ ਨੂੰ ਡੇਰੇ ਸੱਦ ਰਹੇ ਹਾਂ, ਕੀ ਲੋੜ ਪੈ ਗਈ? ਦਵਾਨ ਲਾਵੇ, ਦਵਾਨ ਲਵਾਉਂਦਾ ਕੌਣ ਹੈ ਹੁਣ? ਤਰਲੇ ਮਾਰਦਾ ਫਿਰਦਾ, ਬਿਜ਼ਨਸ ਇਹਦਾ ਬੰਦ ਹੋ ਗਿਆ ਆਪਦਾ, ਕਿੱਥੇ ਦੁਕਾਨਾਂ ਬੰਦ ਕਰਾਉਂਦਾ ਫਿਰਦਾ, ਅਸੀਂ ਖੁਦ ਦਾ ਸ਼ੋਰੂਮ ਬੰਦ ਕਰ ਲਿਆ। ਇਹ ਪਾਪੀ ਬੰਦਾ ਗੁਰੂ ਘਰ ਦੀਆਂ ਇਮਾਰਤਾਂ ਨੂੰ ਕਹਿੰਦਾ ਸੀ ਇਮਾਰਤਾਂ ਨਾਲ ਨਾ ਜੁੜੋ, ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਉੱਥੇ ਨਾ ਜੁੜੋ, ਉੱਥੇ ਜੀ ਸਥਾਨਾਂ ਨੂੰ ਵੱਡਾ ਕੀਤਾ ਜਾ ਰਿਹਾ, ਗੁਰੂ ਗ੍ਰੰਥ ਸਾਹਿਬ ਨੂੰ ਛੋਟਾ ਕੀਤਾ ਜਾ ਰਿਹਾ। ਪਾਪੀਆ, ਅੰਮ੍ਰਿਤਸਰ ਸਾਹਿਬ ਵਾਸਤੇ ਤੂੰ ਇੱਦਾਂ ਬੋਲਦਾ ਹੈ, ਹਜ਼ੂਰ ਸਾਹਿਬ ਅਨੰਦਪੁਰ ਸਾਹਿਬ ਵਾਸਤੇ ਤੂੰ ਇੱਦਾਂ ਬੋਲਦਾ ਹੈ, ਅਤੇ ਆਪਣਾ ਗੁਰਦੁਆਰਾ ਤੇਰਾ ਕੀ ਹੈ? ਪਰਮੇਸ਼ਰ ਦੁਆਰ ਸਾਹਿਬ, ਲੱਖ ਲਾਮਤ ਹੈ ਤੇਰੇ। ਤੇਰਾ ਗੁਰੂ, ਜਿਹੜੀ ਤੇਰੀ ਇਮਾਰਤ ਬਣਾਈ ਉਹ ਤਾਂ ਪਰਮੇਸ਼ਰ ਦਾ ਦੁਆਰ ਹੋ ਗਿਆ, ਅਤੇ ਜਿਹੜਾ ਗੁਰੂ ਨੇ ਆਪ ਬਣਾਇਆ, ਆਪ ਜਿੱਥੇ ਸੇਵਾ ਕੀਤੀ ਹੈ, ਹਰ ਮੰਦਰ ਹਰ ਸਾਜਿਆ, ਉਹ ਤੈਨੂੰ ਇੱਕ ਇੱਟਾਂ ਦੀ ਇਮਾਰਤ ਦਿਸਦੀ ਹੈ ਬਸ਼ਰਮ? ਤੈਨੂੰ ਉਹਦੀ ਸ਼ਰਮ ਨਹੀਂ ਆਉਂਦੀ? ਤੂੰ ਕਹਿੰਦਾ ਕੀ ਫਿਰ? ਤੂੰ ਗੱਲ ਕੀ ਕਰਦਾ ਪਿਆ? ਗੁਰੂ ਸਾਹਿਬ ਫਿਰ ਜਿਹੜੇ ਇਹਦੇ ਜਾਂਦੇ ਨੇ ਬੌਂਗੇ ਦੇ, ਜਿਹੜੇ ਭਗਤ ਨੇ ਜਿਹੜੇ ਇਹਦੇ ਮਗਰ ਜਾਂਦੇ ਨੇ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ? ਤੁਹਾਨੂੰ ਬੰਦਾ ਕਹਿ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਤੁਹਾਡੇ ਪਿੰਡ 'ਚ ਵੀ ਉਹੀ ਹੈ, ਗੁਰੂ ਧਾਮਾਂ 'ਤੇ ਵੀ ਉਹੀ ਹੈ, ਪਿੰਡ 'ਚ ਤਾਂ ਤੁਸੀਂ ਗੁਰੂ ਸਾਹਿਬ ਨੂੰ ਮੱਥਾ ਟੇਕੋ, ਅਤੇ ਫਿਰ ਤੁਸੀਂ ਪਰਮੇਸ਼ੁਰ ਦਾ ਮਹੀਨੇ ਬਾਅਦ ਲੈਣ ਕੀ ਜਾਂਦੇ ਹੈ? ਜਿਹੜੇ ਦੇ ਭਗਤ ਝੰਡਾ ਚੁੱਕੀ ਫਿਰਦੇ ਸੀ ਨਾ, 7 ਤਰੀਕ ਨੂੰ ਸਾਡਾ ਭਾਈ ਸਾਹਿਬ ਬੰਬ ਸਿੱਟੂਗਾ, ਕਿਹੜਾ ਬੰਬ ਸਿੱਟਤਾ ਇਹਨੇ? ਕੀ ਕਰਤਾ? ਬਾਂਬੇ 'ਤੇ ਡਿੱਗ ਪਿਆ ਹੁਣ ਇਹਨੇ ਜੋ ਵੀ ਬਕਵਾਸ ਕੀਤੀ। ਮੈਂ ਤੁਹਾਨੂੰ ਪਿੱਛੇ ਦੀ ਬੇਨਤੀ ਕੀਤੀ ਸੀ, ਕਈਆਂ ਦੇ ਮੇਰੇ ਕੋਲ ਮੈਸੇਜ ਆਏ, ਕਈਆਂ ਦੇ ਫੋਨ ਆਏ, ਕਦੇ ਜੀ ਰਾਜਸਥਾਨ ਵਾਲੇ ਚੁੱਪ ਕਰ ਗਏ, ਪਤਾ ਨਹੀਂ ਉਹ ਤੋਂ ਡਰ ਗਏ, ਪਤਾ ਨਹੀਂ ਪੁਲਿਸ ਦਾ ਦਬਾਅ ਪਾਤਾ। ਜਿੱਦਣ ਮੈਂ ਇਹਦੇ ਖਿਲਾਫ਼ ਬੋਲਿਆ ਅਤੇ ਕੁਛ ਸੋਚ ਕੇ ਬੋਲਿਆ ਸੀ, ਇਸ ਡਰ ਡੁਰ ਸਭ ਮੈਂ ਕੱਢ ਕੇ ਬੋਲਿਆ, ਅਤੇ ਅੱਜ ਤੱਕ ਵੀ ਡਰਦਾ ਨਹੀਂ। ਪਰ ਮੈਂ ਤੁਹਾਨੂੰ ਯਾਦ ਹੋਣਾ, ਬੇਨਤੀ ਕੀਤੀ ਸੀ ਵੀ ਆਪਾਂ ਇਹਦੇ ਖਿਲਾਫ਼ ਸਬੂਤ ਇਕੱਠੇ ਕਰ ਰਹੇ ਹਾਂ, ਸਬੂਤ ਦੇ ਆਧਾਰ 'ਤੇ ਆਪਾਂ ਫਿਰ ਅਦਾਲਤ ਵਿੱਚ ਹੀ ਇਹਦੇ ਨਾਲ ਕੋਰਟ ਵਿੱਚ ਹੀ ਗੱਲ ਕਰਾਂਗੇ। ਅਤੇ ਮਾਲਕ ਨੇ ਮਿਹਰ ਕੀਤੀ ਹੈ ਕਾਫ਼ੀ ਹੱਦ ਤੱਕ, ਸਾਰੇ ਸਬੂਤ ਜਿਹੜੇ ਇਹਦੇ ਇੱਕ ਬੰਦਾ ਹੋਣ 'ਤੇ ਵੀ ਲਾਹਨਤ ਰਹੇ, ਲਾਹਨਤ ਹੈ ਅਤੇ ਬੰਦਾ ਹੋਣ 'ਤੇ ਵੀ ਐਸੇ ਸਬੂਤ ਆਪਣੇ ਕੋਲ ਆ ਗਏ ਆ। ਔਰ ਕੱਲ੍ਹ ਜਾਂ ਪਰਸੋਂ ਨੂੰ ਆਪਾਂ ਗੰਗਾਨਗਰ ਵਿੱਚ ਇਹਦੇ ਕੇਸ ਦਾਇਰ ਕਰਨਾ ਹੈ, ਕੇਸ ਦਰਜ ਹੋ ਜਾਣਾ ਇਸ 'ਤੇ। ਔਰ ਮੈਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ, ਰਾਜਸਥਾਨ ਦਿਆਂ ਨੂੰ ਵੀ ਅਤੇ ਆਸੇ ਪਾਸੇ ਦਿਆਂ ਨੂੰ ਵੀ, ਵੀ ਜਿਨ੍ਹਾਂ ਨੇ ਸਾਥ ਸਹਿਯੋਗ ਦੇਣਾ ਹੋਵੇ, ਮਾਇਆ ਦਾ ਸਹਿਯੋਗ ਮੈਂ ਨਹੀਂ ਮੰਗਦਾ ਵੀ ਕੱਲ੍ਹ ਨੂੰ ਇਹਨਾਂ ਰੌਲਾ ਪਾਉਣਾ ਵੀ ਬਾਬਾ ਮਾਇਆ ਮੰਗਦਾ, ਮੈਂ ਪੈਸਾ ਨਹੀਂ ਮੰਗਦਾ, ਮੈਂ ਆਹਨਾ ਸਾਥ ਸਹਿਯੋਗ ਜਿਨ੍ਹਾਂ ਨੇ ਦੇਣਾ ਹੈ, ਉਹ ਸਾਡਿਆਂ ਫੋਨ ਨੰਬਰ ਸਾਰਿਆਂ ਕੋਲ ਹੈਗੇ ਹੈ, ਕੋਂਟੈਕਟ ਕਰ ਸਕਦੇ ਹਾਂ, ਅਤੇ ਜਦੋਂ ਵੀ ਆਪਾਂ ਚੱਲਣਾ ਹੈ ਸਾਰੇ ਦਿਨ ਚੱਲ ਕੇ ਇਹਦੇ ਖਿਲਾਫ਼ ਕੇਸ ਦਾਇਰ ਕਰਕੇ ਆਈਏ, ਤਾਂ ਜੋ ਵੱਧ ਤੋਂ ਵੱਧ ਸੰਗਤ ਇਹਦੇ ਖਿਲਾਫ਼ ਆਪਾਂ ਕੇਸ ਕਰੀਏ, ਤਾਂ ਜੋ ਇਹਨੂੰ ਠੱਲ ਪੈ ਸਕੇ। ਇਹਨੇ ਜੋ ਪਾਪ ਦਾ ਅੱਡਾ ਬਣਾ ਰੱਖਿਆ, ਜਿਹਦਾ ਨਾਮ ਇਹਨੇ ਪਰਮੇਸ਼ੁਰ ਦੁਆਰ ਰੱਖਿਆ, ਅਤੇ ਉੱਥੇ ਕੰਮ ਕਿੱਡੇ ਗੰਦੇ ਗੰਦੇ ਹੁੰਦੇ ਨੇ, ਊਂ ਇਹ ਦਿਨ ਰਾਤ ਬਕਵਾਸ ਕਰਦਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ, ਅਤੇ ਜਦੋਂ ਇਹਦੇ 'ਤੇ ਕੋਈ ਸਵਾਲ ਪੁੱਛਿਆ ਜਾਂਦਾ ਫਿਰ ਕਹਿੰਦਾ ਕੋਈ ਜਵਾਬ ਨਾ ਦੇਵੇ, ਫਿਰ ਬੜੀ ਉਹਦੀ ਠੰਡੀ ਜਿਹੀ ਬੋਲੀ ਹੋ ਜਾਂਦੀ ਹੈ, ਉੱਦਾਂ ਬੜਾ ਚੀਕਦਾ ਹੈ। ਕਿਸੇ ਗੱਲ ਦਾ ਇਸ ਪਾਪੀ ਨੂੰ ਜਵਾਬ ਨਹੀਂ ਆਉਂਦਾ, ਜਾਂ ਗੱਲ ਦੇ ਜਵਾਬ ਦੇਵੇ। ਅਸੀਂ ਪਰਸੋਂ ਨੂੰ ਕੇਸ ਦਾਇਰ ਕਰਨਾ, ਹੋ ਸਕਦਾ ਕੱਲ੍ਹ ਕਰ ਦਈਏ, ਅਤੇ ਪਰਸੋਂ ਨੂੰ ਇਸ ਪਾਪੀ 'ਤੇ ਕੇਸ ਦਾਇਰ ਹੋਣਾ, ਅਤੇ ਹੋ ਰਹੇ ਨੇ ਕੇਸ। ਬਾਬਾ ਹਰੀ ਸਿੰਘ ਜੀ ਮਹਾਂਪੁਰਖ ਰੰਧਾਵੇ ਵਾਲਿਆਂ ਵਾਸਤੇ ਪਾਪੀ ਬੋਲਿਆ ਸੀ, ਤੇਰੀ ਜ਼ੁਬਾਨ ਨੂੰ ਕੀੜੇ ਕਿਉਂ ਨਾ ਪੈ ਗਏ ਬੋਲਣ ਲੱਗੇ ਨੂੰ? ਤੂੰ ਗੁਰੂ ਸਾਹਿਬਾਂ ਵਾਸਤੇ, ਗੁਰੂ ਦੀਆਂ ਭਗਤਾਂ ਵਾਸਤੇ, ਗੁਰੂ ਦੀਆਂ ਸੰਤਾਂ ਵਾਸਤੇ ਬੋਲਦਾ, ਤੇਰੀ ਜ਼ੁਬਾਨ ਕੰਬਦੀ ਨਹੀਂ, ਤੇਰਾ ਅੰਦਰ ਡਰਦਾ ਨਹੀਂ ਵੀ ਤੂੰ ਬੋਲਦਾ ਹੈ? ਸੱਚ ਬੋਲੇ ਅਤੇ ਅਸੀਂ ਮੰਨੀਏ, ਪਰ ਤੂੰ ਕੁਫਰ ਤੋਲਦਾ ਹੋ ਫਿਰ ਸਾਹਮਣੇ ਉਹਨਾਂ ਦੇ। ਹੁਣ ਤੂੰ ਬੜਾ ਮਸਤਾਂ ਦੇ ਬਾਰੇ ਬੋਲਦਾ ਹੁੰਦਾ ਸੀ, ਹਰੇਕ ਦੀਵਾਨ 'ਚ ਮਸਤਾਂ ਬਾਰੇ ਬੋਲਦਾ ਸੀ, ਕੀ ਗੱਲ ਹੁਣ ਜ਼ੁਬਾਨ ਬੰਦ ਕਿਉਂ ਹੈ? ਜਿੱਥੇ ਤੈਨੂੰ ਅੱਗੇ ਡਾਂਗ ਦਿਸੇ ਨਾ ਵੀ ਖੜਦੀ ਖੜਕਦੀ ਡਾਂਗ ਹੈ, ਫਿਰ ਤੂੰ ਚੁੱਪ ਕਰ ਜਾਂਦਾ? ਬੜਾ ਤੂੰ ਪ੍ਰਭਾਗ ਸਿੰਘ ਬਾਰੇ ਬੋਲਦਾ ਸੀ, ਕੀ ਗੱਲ ਕੁਸਕਦਾ ਨਹੀਂ ਹੁਣ?
ਇਹਦੇ ਭਗਤ ਜਵਾਬ ਦੇਣ ਵੀ ਤੁਹਾਡਾ ਭਾਈ ਸਾਹਿਬ ਕਿਸੇ ਦੀਵਾਨ 'ਚ ਹੁਣ ਕਿਉਂ ਨਹੀਂ ਬੋਲਦਾ ਨਕੋਦਰ ਵਾਲਿਆਂ ਬਾਰੇ 'ਚ, ਕਿਉਂ ਨਹੀਂ ਬੋਲਦਾ ਭਗਤ ਸਿੰਘ ਦੇ ਬਾਰੇ 'ਚ, ਕਿੰਨਿਆਂ ਦੇ ਬਾਰੇ 'ਚ ਬੋਲਦਾ ਹੁੰਦਾ ਸੀ, ਸਿੰਗਰਾਂ ਦੇ ਬਾਰੇ 'ਚ, ਆਰਕੈਸਟਰਾ ਦੇ ਬਾਰੇ 'ਚ, ਕਿਉਂ ਨਹੀਂ ਕੁਸਕਦਾ? ਇਹਨੂੰ ਪਤਾ ਅੱਗੇ ਉਹ ਡਾਂਗ ਦੇ, ਜਿਹੜਾ ਅੱਖਾਂ ਦਿਖਾ ਦੇ ਵਸੇ ਮਾਂ ਬਿੱਲੀ ਬਣ ਜਾਂਦਾ। ਅਤੇ ਜਦੋਂ ਆਪਾਂ ਫੱਟੀਆਂ ਵਿਖਾਈਆਂ ਸੀ, 25 ਫੱਟੀਆਂ ਨਹੀਂ ਨਾ, ਕਹਿੰਦਾ ਸੀ 20-25 ਫੱਟੀਆਂ ਨੇ, ਅਸੀਂ ਵੀ ਇਕੱਠੀਆਂ ਕਰ ਸਕਦੇ ਹਾਂ, ਪਰ ਇਹਦੀ ਬੋਲਤੀ ਬੰਦ ਹੋ ਗਈ ਸੀ, ਦੀਵਾਨਾਂ 'ਚ ਤਾਂ ਬੋਲਣਾ ਬੰਦ ਹੋ ਗਿਆ ਸੀ। ਹੁਣ ਇਹਨੇ ਦੇਖਿਆ ਵੀ ਸ਼ਾਇਦ ਚੁੱਪ ਕਰਕੇ ਵੀ ਚੁੱਪ ਮੈਂ ਕਰਦਾ ਨਹੀਂ, ਮੈਂ ਜਦ ਤੱਕ ਤੇਰੀ ਨਾਸੀ ਧੂਆਂ ਨਹੀਂ ਲਿਆਉਂਦਾ ਤੈਨੂੰ ਛੱਡਦਾ ਮੈਂ ਵੀ ਨਹੀਂ। ਇਸ ਕਰਕੇ ਮੇਰੀ ਸਾਰੀ ਸੰਗਤ ਨੂੰ ਬੇਨਤੀ, ਇਸ ਪਾਪੀ ਤੋਂ ਸੁਚੇਤ ਹੋ। ਦੇਖੋ ਮੈਂ ਨਿਰਪੱਖ ਹੋ ਗੱਲ ਕਰਦਾ ਵੀ ਜਦੋਂ ਬਾਦਲ ਸਰਕਾਰ ਸੀ, ਭਾਵੇਂ ਹੁਣ ਕੈਪਟਨ ਸਰਕਾਰ ਹੈ, ਮੈਨੂੰ ਇੱਦਾਂ ਨਹੀਂ ਹੈ ਵੀ ਮੈਂ ਕਿਸੇ ਸਰਕਾਰ ਨਾਲ ਜੁੜਿਆ, ਕਿਉਂਕਿ ਰਾਜਸਥਾਨ 'ਚ ਰਹਿੰਦੇ ਹਾਂ, ਰਾਜਸਥਾਨ 'ਚ ਅਕਾਲੀ ਭਾਜਪਾ ਦਲ ਹੈ ਨਹੀਂ। ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਪਿੱਛੇ ਜੀ ਅਕਾਲੀਆਂ ਦੀ ਸਰਕਾਰ ਸੀ ਅਤੇ ਇਹ ਡਮਰੂ ਜਿਹਾ ਹਰੇਕ ਸਟੇਜ 'ਤੇ ਉੱਚੀ ਉੱਚੀ ਬਾਹਾਂ ਲੇਰ ਕੇ ਬੋਲਦਾ ਸੀ, ਉਹ ਗੁਰੂ ਸਾਹਿਬ ਦੀ ਬੇਅਦਬੀ ਹੋ ਗਈ, ਹਾਏ ਗੁਰੂ ਸਾਹਿਬ ਦੀ ਬੇਅਦਬੀ ਹੋ ਗਈ, ਕੀ ਗੱਲ? ਹੁਣ ਇਹ ਕੈਪਟਨ ਸਰਕਾਰ ਦੀ ਰਾਜ 'ਚ ਬੇਅਦਬੀ ਨਹੀਂ ਹੋਈ ਕਿ ਹੁਣ ਬੇਅਦਬੀ ਨਹੀਂ ਹੋਈ? ਕਿਉਂ ਨਹੀਂ ਬੋਲਦਾ ਹੁਣ ਤੂੰ? ਇਹ ਵਿਕਿਆ ਹੋਇਆ ਬੰਦਾ ਹੈ, ਏਜੰਸੀਆਂ ਤੋਂ ਵਿਕਿਆ ਹੋਇਆ ਬੰਦਾ ਹੈ, ਇਹ ਤੋਂ ਸੁਚੇਤ ਹੋਵੋ। ਅਤੇ ਮੈਂ ਨਾਨਕ ਸਰ ਦੇ ਮਹਾਂਪੁਰਖਾਂ ਨੂੰ ਅਤੇ ਨਾਨਕ ਸਰ ਦੇ ਸੰਗੀ ਸਾਥੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੇ ਨਾਨਕ ਸਰ ਕਰਨਾਲ ਦੀ ਧਰਤੀ 'ਤੇ ਪਾਪੀ ਜਾਂਦਾ ਹੈ, ਇਹ ਬਾਬਾ ਆਨੰਦ ਸਿੰਘ ਜੀ ਦੀ ਬਹੁਤ ਵੱਡੀ ਬੇਅਦਬੀ ਹੈ। ਨਾਨਕ ਸਰ ਦੇ ਬਹੁਤ ਸਤਿਕਾਰਯੋਗ ਸਾਡੇ ਨਾਲ ਪ੍ਰੇਮ ਰੱਖਣ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਕੁਰਾਲੀ ਵਾਲੇ ਆ, ਉਹਨਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਇਹਦੇ ਖਿਲਾਫ ਐਕਸ਼ਨ ਲਓ। ਬਾਕੀ ਹੋਰ ਮਹਾਂਪੁਰਖਾਂ ਕੋਲ ਅਸੀਂ ਆਉਂਦੇ ਜਾਂਦੇ ਹਾਂ, ਸਭ ਸਾਨੂੰ ਜਾਣਦੇ ਨੇ, ਇੱਥੇ ਆਉਂਦੇ ਵੀ ਨੇ, ਮੈਂ ਸਭ ਦਾ ਨਾਮ ਨਹੀਂ ਲੈਣਾ ਚਾਹੁੰਦਾ, ਬਸ ਸਮੁੱਚੇ ਤੌਰ 'ਤੇ ਬੇਨਤੀ ਕਰਨੀ ਚਾਹੁੰਦਾ ਵੀ ਆਪਣੇ ਬੇਸ 'ਤੇ ਇਹਨੂੰ ਨੱਥ ਪਾਓ। ਅਤੇ ਜੇ ਇਹ ਨਾਨਕ ਸਾਹਿਬ ਦੀ ਧਰਤੀ 'ਤੇ ਜਾਂਦਾ ਹੈ, ਸੰਪਟ ਪਾਠਾਂ ਬਾਰੇ ਇਹ ਬੋਲਦਾ, ਕੋਤਰੀਆਂ ਬਾਰੇ ਇਹ ਬੋਲਦਾ, ਕੀ ਗੱਲ ਹੁਣ ਉਹਨਾਂ ਸਥਾਨਾਂ 'ਤੇ ਸੰਪਟ ਪਾਠ ਨਹੀਂ ਹੁੰਦੇ? ਕਿ ਉਹਨਾਂ ਸਥਾਨਾਂ 'ਤੇ ਖੰਡ ਪਾਠ ਨਹੀਂ ਰੱਖੇ ਜਾਂਦੇ? ਕਿਵੇਂ ਹੁਣ ਕੀ ਗੱਲ ਹੋ ਗਈ ਇਹਨੂੰ? ਇਸ ਕਰਕੇ ਇਸ ਬੇਸ਼ਰਮ ਨੂੰ ਪੁੱਛਿਆ ਜਾਵੇ, ਅਤੇ ਜੇ ਉੱਥੇ ਨਾ ਦੀਵਾਨ ਲਾਉਣਾ ਤਾਂ ਪਹਿਲਾਂ ਸਾਰੀ ਸੰਗਤ ਨੂੰ ਜਵਾਬ ਦੇਵੇ ਕਿ ਆਪਣਾ ਸਟੈਂਡ ਬਦਲ ਚੁੱਕਿਆ, ਉੱਥੇ ਲਿਖਿਆ ਨਾਨਕ ਸਰ ਨਹੀਂ ਲਿਖਿਆ ਇਸ਼ਤਿਹਾਰ 'ਤੇ, ਇਹਦਾ ਮਤਲਬ ਇਹ ਪਾਪੀ ਬੰਦਾ ਆਪਣਾ ਸਟੈਂਡ ਬਦਲ ਚੁੱਕਿਆ, ਕਿਉਂਕਿ ਇਹਦੀ ਰੋਟੀ ਪਾਣੀ ਬੰਦ ਹੋਊਗੀ। ਪਰ ਮੈਂ ਕਮਾਲ ਇਸ ਗੱਲ ਦੀ ਇਸ ਬੰਦੇ ਦੀ ਮੰਨਦਾ ਅਤੇ ਇਹਦੇ ਭਗਤਾਂ ਦੀ ਮੰਨਦਾ ਵੀ ਇਹ ਬੰਦਾ ਸਟੇਜ 'ਤੇ ਬਹਿ ਕੇ ਤੁਹਾਨੂੰ ਕਹਿ ਦਿੰਦਾ ਜੀ ਫਲਾਣੇ ਸੇਵਾ ਕਰਨ ਵਾਲੇ ਨੇ, ਯੇ ਵਾਹ ਫਲਾਣ ਢਮਕਾਣ, ਅਤੇ ਤੁਸੀਂ ਮੰਨ ਜਾਂਦੇ ਹਾਂ ਜੀ ਮੈਂ ਭਾਈ ਸਾਹਿਬ ਸਹੀ ਕਹਿੰਦੇ ਨੇ। ਉਹ ਤੁਸੀਂ ਆਪਣੇ ਭਾਈ ਸਾਹਿਬ ਨੂੰ ਪੁੱਛੋ, ਭਾਈ ਸਾਹਿਬ ਜੀ ਲੋਕ ਇੰਨੇ ਸਵਾਲ ਕਰਦੇ ਨੇ, ਕਿਸੇ ਦਾ ਜਵਾਬ ਤਾਂ ਦਿਓ, ਜੇ ਨਹੀਂ ਤਾਂ ਫਿਰ ਕਿਉਂ ਲੋਕਾਂ ਦੇ ਤੰਜ ਕੱਸਦੇ ਹੋ ਦੂਏ ਦਿਨ, ਐਂ ਪਾ ਪਾ ਕੇ ਗੋਟੇ ਲਾ ਲਾ ਕੇ ਚੁੰਨੀਆਂ ਨੂੰ, ਅਤੇ ਕੀ ਬੋਟੀਆਂ ਬਣ ਬਣ ਦਿਖਾਉਂਦਾ ਤੂੰ, ਕੀ ਇਹ ਤੂੰ ਰੋਜ਼ ਫੈਸ਼ਨ ਡਿਜ਼ਾਇਨਿੰਗ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਕਈ ਵਾਰ ਇਸ ਵਿਸ਼ੇ 'ਤੇ ਬੇਨਤੀ